ਅਸੀਂ ਗਰੰਟੀ ਦੇਣਾ ਚਾਹੁੰਦੇ ਹਾਂ ਕਿ ਜਦੋਂ ਵੀ ਸਾਡੀ ਸਰਕਾਰ ਫਿਰ ਪੰਜਾਬ ਦੇ ਵਿੱਚ ਆਈ, ਅਸੀਂ ਜੋ ਮੁਲਾਜ਼ਮ ਅਜੇ ਤੱਕ ਪੱਕੇ ਨਹੀਂ ਹੋਏ ਉਹਨਾਂ ਨੂੰ ਪੱਕੇ ਕਰਾਂਗੇ। ਓਲਡ ਪੈਨਸ਼ਨ ਸਕੀਮ ਲਾਗੂ ਕਰੇਗੀ ਪੰਜਾਬ ਵਿੱਚ ਵੀ ਅਤੇ ਕੇਂਦਰ ਵਿੱਚ ਵੀ, ਪਰ ਉਹ ਥੋੜ੍ਹਾ ਜਿਹਾ ਲੇਟ ਹੈ, ਉਹ ਸਿੱਧਾ ਸਾਡੀ ਕੰਪੇਨ ਵਿੱਚ ਸ਼ਾਹਕੋਟ ਪਹੁੰਚ ਰਹੇ। ਅਗਲੀ ਜਿਹੜੀ ਮੈਂ ਅੱਜ ਤੁਹਾਨੂੰ ਗੱਲ ਕਰਨ ਵਾਸਤੇ ਬੁਲਾਇਆ ਕਿ ਕਾਂਗਰਸ ਪਾਰਟੀ ਦੀ ਸਰਕਾਰ ਦੇ ਵਿੱਚ ਜਦੋਂ ਮੈਂ ਮੁੱਖ ਮੰਤਰੀ ਬਣਿਆ ਤਾਂ ਇੰਪਲਾਈਜ਼ ਦੇ ਲਗਭਗ ਹਰ ਮਸਲੇ ਦਾ ਮੈਂ ਹੱਲ ਕੀਤਾ। ਉਹਨਾਂ ਨੂੰ ਪੱਕੇ ਕਰਨ ਦਾ ਕਾਨੂੰਨ ਬਣਾ ਕੇ ਵਿਧਾਨ ਸਭਾ ਦੇ ਵਿੱਚ ਪਾਸ ਕੀਤਾ, ਜਿਹੜਾ ਕਿ ਮੌਜੂਦਾ ਸਰਕਾਰ ਨੇ ਅੱਗੇ ਪਰਸੂ ਨਾ ਕਰਕੇ ਉਹਦੇ ਨਾਲੋਂ ਬਹੁਤ ਹਲਕਾ ਕਾਨੂੰਨ ਦੁਬਾਰੇ ਲੈ ਕੇ ਆਉਂਦਾ, ਜਿਹਦੇ ਨਾਲ ਅੱਜ ਤੱਕ ਪੂਰੇ ਮੁਲਾਜ਼ਮ ਪੱਕੇ ਨਹੀਂ ਹੋਏ। ਇਸ ਕਰਕੇ ਅਸੀਂ ਇਹ ਗਰੰਟੀ ਦੇਣਾ ਚਾਹੁੰਦੇ ਹਾਂ ਕਿ ਜਦੋਂ ਵੀ ਸਾਡੀ ਸਰਕਾਰ ਫਿਰ ਪੰਜਾਬ ਦੇ ਵਿੱਚ ਆਈ, ਅਸੀਂ ਜੋ ਮੁਲਾਜ਼ਮ ਅਜੇ ਤੱਕ ਪੱਕੇ ਨਹੀਂ ਹੋਏ ਉਹਨਾਂ ਨੂੰ ਪੱਕੇ ਕਰਾਂਗੇ। ਅਗਲੀ ਗੱਲ ਇਹ ਹੈ ਕਿ ਹਿਮਾਚਲ ਦੇ ਵਿੱਚ ਵੀ, ਰਾਜਸਥਾਨ ਦੇ ਵਿੱਚ ਵੀ, ਜਿੱਥੇ ਜਿੱਥੇ ਕਾਂਗਰਸ ਪਾਰਟੀ ਦੀ ਸਰਕਾਰ ਰਹੀ ਹੈ ਅਸੀਂ ਉੱਥੇ ਓਲਡ ਪੈਨਸ਼ਨ ਸਕੀਮ ਲਾਗੂ ਕੀਤੀ ਹੈ। ਹੁਣ ਸਾਡੀ ਇਹ ਗਰੰਟੀ ਹੈ ਕਾਂਗਰਸ ਪਾਰਟੀ ਦੀ ਕਿ ਕਾਂਗਰਸ ਪਾਰਟੀ ਸਦਾ ਚਾਹੇਗੀ ਤਾਂ ਓਲਡ ਪੈਨਸ਼ਨ ਸਕੀਮ ਲਾਗੂ ਕਰੇਗੀ ਪੰਜਾਬ ਵਿੱਚ ਵੀ ਅਤੇ ਕੇਂਦਰ ਵਿੱਚ ਵੀ। ਇਹ ਜਿਹੜੀ ਮੌਜੂਦਾ ਇੱਥੇ ਸਰਕਾਰ ਹੈ ਆਮ ਆਦਮੀ ਪਾਰਟੀ ਦੀ, ਇਹਨਾਂ ਨੇ ਦੋ ਵਾਰ ਕੈਬਨਿਟ ਦੇ ਵਿੱਚ ਪਾਸ ਕਰ ਲਿਆ ਓਲਡ ਪੈਨਸ਼ਨ ਸਕੀਮ ਦੇਵਾਂਗੇ। ਮੁੱਖ ਮੰਤਰੀ ਨੇ ਜਦ ਵੋਟਾਂ ਆਉਂਦੀਆਂ ਅਨਾਊਂਸ ਕਰ ਦਿੰਦੇ ਕਿ ਅਸੀਂ ਦੇਵਾਂਗੇ, ਐਤਕੀ ਉਹ ਵੀ ਨਹੀਂ ਅਨਾਊਂਸ ਕੀਤਾ, ਇਹਦਾ ਮਤਲਬ ਬਹੁਤੇ ਨੀਤ ਮਾੜੀ ਹੋ ਗਈ, ਇਹਨਾਂ ਨੇ ਨਹੀਂ ਦੇਣਾ। ਸੋ ਅਸੀਂ ਮੰਗ ਕਰਦੇ ਹਾਂ ਕਿ ਤੁਰੰਤ ਓਲਡ ਪੈਨਸ਼ਨ ਸਕੀਮ ਪੰਜਾਬ 'ਚ ਲਾਗੂ ਕੀਤੀ ਜਾਵੇ, ਪਰ ਇਹ ਵੀ ਗਰੰਟੀ ਦਿੰਦੇ ਜੇ ਨਹੀਂ ਕਰਦੇ ਤਾਂ ਅਸੀਂ ਕਰਾਂਗੇ। ਇਹਨਾਂ ਨੇ ਕਈ ਵਾਰ ਉਹਨਾਂ ਦੀ ਯੂਨੀਅਨ ਲੀਡਰਾਂ ਨੂੰ ਮੌਕਾ ਬੁਲਾਇਆ, 5 ਵਾਰ ਬੁਲਾ ਚੁੱਕੇ, ਲੇਕਿਨ ਮੁੱਖ ਮੰਤਰੀ ਪਾਸ ਬਾਹਰਲੇ ਸੂਬਿਆਂ ਦਾ ਭਰਮਣ ਕਰਨ ਵਾਸਤੇ ਟਾਈਮ ਹੈ, ਆਪਣੇ ਇੰਪਲਾਈਜ਼ ਔਰ ਲੋਕਾਂ ਵਾਸਤੇ ਟਾਈਮ ਹੈ ਨਹੀਂ। 5 ਵਾਰ ਉਹਨਾਂ ਨੂੰ ਬੁਲਾ ਕੇ ਇਹਨਾਂ ਨੇ ਨਾ ਕਰਤੀ ਹੈ। ਇਸ ਤੋਂ ਇਲਾਵਾ ਜਦ ਵੀ ਜਿੱਥੇ ਵੀ ਮੁੱਖ ਮੰਤਰੀ ਜੀ ਜਾਂਦੇ ਹੈ, ਕਲੇਸ਼ ਇੰਪਲਾਈਜ਼ ਯੂਨੀਅਨ ਦੇ ਲੀਡਰਾਂ ਪਰ ਪੈ ਜਾਂਦਾ ਹੈ, ਉਹਨਾਂ ਨੂੰ ਨਜ਼ਰਬੰਦ ਕਰ ਦਿੱਤਾ ਜਾਂਦਾ ਹੈ। ਆ ਹੁਣ ਇੱਥੇ ਜਲੰਧਰ ਆਏ ਤਾਂ ਜਲੰਧਰ ਦੇ ਇੰਪਲਾਈਜ਼ ਯੂਨੀਅਨ ਦੇ ਲੀਡਰ ਬੰਦ ਕਰ ਦਿੱਤੇ। ਮੈਂ ਪੁੱਛਣਾ ਚਾਹੁੰਦਾ ਮੁੱਖ ਮੰਤਰੀ ਜੀ ਤੋਂ, ਕਿਆ ਡਰ ਹੈ ਤੁਹਾਨੂੰ ਆਪਣੇ ਹੀ ਕਰਮਚਾਰੀਆਂ ਤੋਂ? ਜਿਸ ਮੁੱਖ ਮੰਤਰੀ ਨੂੰ ਆਪਣੇ ਲੋਕਾਂ, ਖਾਸ ਤੌਰ 'ਤੇ ਆਪਣੇ ਕਰਮਚਾਰੀਆਂ ਪਰ ਵਿਸ਼ਵਾਸ ਨਹੀਂ ਹੈ, ਤਾਂ ਉਸ ਮੁੱਖ ਮੰਤਰੀ ਦੀ ਕਿਆ ਪਾਪੂਲੈਰਿਟੀ ਹੋਏਗੀ ਜਾਂ ਕਿਆ ਉਹਦੀ ਸੋਚ ਹੋਏਗੀ? ਪਿਛਲੀ ਵਾਰ ਜਦ ਵੀ ਇੱਥੇ ਆਏ ਹੈ ਤਾਂ ਇੰਪਲਾਈਜ਼ ਯੂਨੀਅਨ ਦੇ ਲੀਡਰ ਨਜ਼ਰਬੰਦ ਕਰ ਦਿੱਤੇ ਗਏ ਆ, ਹੁਣ ਫਿਰ ਖਤਰਾ ਹੈ ਕਿ ਜਦ ਵੀ ਇੱਥੇ ਆਏਗਾ, ਜਦ ਵੀ ਮੁੱਖ ਮੰਤਰੀ ਜਿੱਥੇ ਜਾਂਦਾ ਹੈ ਉੱਥੇ ਦੇ ਇੰਪਲਾਈਜ਼ ਯੂਨੀਅਨ ਨੂੰ ਰਾਤ ਨੂੰ ਭੱਜਣਾ ਪੈਂਦਾ ਹੈ ਜਾਂ ਰਾਤ ਨੂੰ ਉਹਨਾਂ ਦੇ ਘਰ ਘੇਰ ਲਿੱਤੇ ਜਾਂਦੇ ਹੈ, ਉਹਨਾਂ ਦਾ ਪਿੱਛਾ ਕੀਤਾ ਜਾਂਦਾ, ਸਾਰਿਆਂ ਦੇ ਮੋਬਾਈਲ ਰਿਕਾਰਡ ਹੋ ਰਹੇ। ਸੋ ਇਸ ਤਰ੍ਹਾਂ ਦੀ ਅਰਾਜਕਤਾ ਇੰਪਲਾਈਜ਼ ਦੇ ਖਿਲਾਫ ਸਰਕਾਰ ਨੇ ਪਹੁੰਚਾਈ ਹੋਈ ਹੈ, ਅਸੀਂ ਇਸ ਦੀ ਸਖ਼ਤ ਨਿੰਦਿਆ ਕਰਦੇ। ਮੈਂ ਜਦੋਂ ਮੁੱਖ ਮੰਤਰੀ ਸੀ ਅਸੀਂ 12% DA ਜਿੰਨਾ ਬਕਾਇਆ ਬਚਦਾ ਸੀ ਸਾਰਾ ਦਿੱਤਾ, ਅਸੀਂ ਸਾਰੀ ਵਿੱਤ ਕਮਿਸ਼ਨ ਲਾਗੂ ਕੀਤਾ, ਅਸੀਂ ਆਂਗਨਵਾੜੀ ਵਰਕਰ, ਆਸ਼ਾ ਵਰਕਰ, ਮਿਡ ਡੇ ਮੀਲ ਵਰਕਰ, ਪੁਲਿਸ ਕਰਮਚਾਰੀ, ਹਰ ਕਰਮਚਾਰੀ ਦੀ ਤਨਖਾਹ ਵਧਾਈ, ਅਸੀਂ ਇੰਪਲਾਈਜ਼ ਨੂੰ ਹਰ ਕੰਫਰਟ ਦੇ ਵਿੱਚ ਰੱਖਿਆ, ਕਿਉਂਕਿ ਜਦ ਤੱਕ ਜਿਹੜੇ ਬੰਦੇ ਨੇ ਸਰਕਾਰ ਦੇ ਨਾਲ ਕੰਮ ਕਰਨਾ ਉਹ ਖੁਸ਼ ਨਹੀਂ ਹੈ ਤਾਂ ਉਹ ਸਹੀ ਕੰਮ ਨਹੀਂ ਕਰੇਗਾ।
ਅੱਜ ਸਰਕਾਰ ਇੰਪਲਾਈਜ਼ ਨੂੰ ਤੰਗ ਕਰ ਰਹੀ ਹੈ, ਅਸੀਂ ਇੰਪਲਾਈਜ਼ ਦੇ ਨਾਲ ਖੜ੍ਹੇ ਹਾਂ। ਅਸੀਂ ਮੰਗ ਕਰਦੇ ਹਾਂ ਕਿ ਬਕਾਇਆ ਜਿਹੜਾ ਰਹਿੰਦਾ ਕੇਂਦਰ ਸਰਕਾਰ ਨੇ 12% DA ਦੇ ਤਾ, ਪੰਜਾਬ ਸਰਕਾਰ ਨਹੀਂ ਦੇ ਰਹੀ, ਪੰਜਾਬ ਸਰਕਾਰ ਉਹਨਾਂ ਦਾ ਤੁਰੰਤ DA ਰਿਲੀਜ਼ ਕਰੇ। ਤੁਹਾਡਾ ਸਾਰਿਆਂ ਦਾ ਸੈਂਟਰ ਦੇ ਨਾਲ ਕਿਹੜੇ ਕਿਹੜੇ ਅਹਿਮ ਮੁੱਦੇ ਹੋਣਗੇ ਜੇ ਤੁਸੀਂ MP ਬਣਦੇ ਹੋ ਤਾਂ ਲੈ ਕੇ ਆਉਂਗੇ? ਦੇਖੋ, ਹਾਲਾਂਕਿ ਮੇਰਾ ਮੇਨ ਮੁੱਦਾ ਡਾਈਵਰਟ ਹੋ ਜਾਣਾ, ਲੇਕਿਨ ਫਿਰ ਵੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਕੇਂਦਰ ਸਰਕਾਰ ਨੇ ਪਿਛਲੇ 10 ਸਾਲਾਂ ਦੇ ਵਿੱਚ ਪੰਜਾਬ ਨੂੰ ਕੁਛ ਨਹੀਂ ਦਿੱਤਾ। ਪ੍ਰਧਾਨ ਮੰਤਰੀ ਜੀ ਇੱਥੇ ਆ ਰਹੇ ਹੈ, ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਮੇਰੇ 'ਤੇ ਨੁਕਤਾਚੀਨੀ ਕਰਨ ਦੀ ਬਜਾਏ ਜਾਂ ਕਾਂਗਰਸ ਨੂੰ ਭੰਡਣ ਦੀ ਬਜਾਏ ਕਿਰਪਾ ਕਰਕੇ ਇਹ ਵੀ ਦੱਸਣ ਕਿ ਉਹਨਾਂ ਨੇ 10 ਸਾਲਾਂ 'ਚ ਪੰਜਾਬ ਨੂੰ ਅਤੇ ਜਲੰਧਰ ਨੂੰ ਕਿਆ ਦਿੱਤਾ। ਉਹ ਇਹ ਵੀ ਦੱਸਣ ਕਿ ਕਿਉਂ ਉਹ ਪੰਜਾਬ ਦੀ ਕਿਸਾਨੀ ਨੂੰ ਬਰਬਾਦ ਕਰਕੇ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦੇ। ਉਹ ਕਿਰਪਾ ਕਰਕੇ ਇਹ ਵੀ ਦੱਸਣ ਕਿ ਪੰਜਾਬ ਦੇ ਵਿੱਚ ਕਿਹੜਾ ਯੂਨਿਟ ਲਿਆਂਦਾ। ਉਹ ਕਿਰਪਾ ਕਰਕੇ ਇਹ ਵੀ ਦੱਸਣ ਕਿ ਅਸੀਂ ਮਤਾ ਪਾਸ ਕੀਤਾ ਹੋਇਆ ਸੀ ਕਿ ਇੱਥੇ ਦੇ ਏਅਰਪੋਰਟ ਦਾ, ਆਦਮਪੁਰ ਦੇ ਏਅਰਪੋਰਟ ਦਾ ਨਾਮ ਗੁਰੂ ਰਵਿਦਾਸ ਜੀ ਦੇ ਨਾਮ 'ਤੇ ਰੱਖਿਆ ਜਾਵੇ। ਮੈਂ ਪ੍ਰਧਾਨ ਮੰਤਰੀ ਅਤੇ ਉਸ ਦਿਨ ਵਾਸਤੇ ਇਹ ਪੁੱਛਣਾ ਚਾਹੁੰਦਾ ਕਿ ਕਿਉਂ ਉਹਨਾਂ ਨੇ ਇਹ ਸਾਡੀ ਮਤੇ ਨੂੰ ਨਹੀਂ ਮੰਨਿਆ, ਜਦਕਿ ਉਹ ਵਿਧਾਨ ਸਭਾ ਦਾ ਮਤਾ ਸੀ। ਅੱਜ ਤੱਕ ਉਸਦਾ ਨਾਮ ਨਹੀਂ ਰੱਖਿਆ, ਉਹਦੇ ਕਿਆ ਕਾਰਨ ਹੈ, ਕਿਆ ਉਹਨਾਂ ਦਾ ਵਿਰੋਧ ਹੈ ਗੁਰੂ ਰਵਿਦਾਸ ਜੀ ਦੇ ਨਾਲ? ਮੈਂ ਇਹ ਪੁੱਛਣਾ ਚਾਹੁੰਦਾ ਕਿਆ ਉਹ ਵਾਲਮੀਕ ਜੀ ਦੇ ਨਾਲ ਉਹਨਾਂ ਦਾ ਕਿਆ ਵਿਰੋਧ ਹੈ ਕਿ ਉਹ ਗਰੀਬ ਲੋਕਾਂ ਦਾ ਹਮੇਸ਼ਾ ਵਿਰੋਧ ਕਰਦੇ ਆ? ਸੋ ਮੈਂ ਇਹ ਵੀ ਪੁੱਛਣਾ ਚਾਹੁੰਦਾ ਕਿ ਕਿਉਂ ਇੱਥੇ ਦੀ ਇੰਡਸਟਰੀ ਜਿਹੜੀ ਕਿ ਲੈਦਰ ਇੰਡਸਟਰੀ ਬਿਲਕੁਲ ਖਤਮ ਹੋ ਰਹੀ ਹੈ, ਇਹਨਾਂ ਦੀਆਂ ਮਾੜੀਆਂ ਨੀਤੀਆਂ ਕਰਕੇ ਹੱਡਾਂ ਰੋੜੀਆਂ ਖਤਮ ਹੋ ਗਈਆਂ। ਇੱਥੇ ਦੀ ਸਪੋਰਟਸ ਦੀ ਜਿੰਨੀ ਇੰਡਸਟਰੀ ਹੈ, ਇੱਥੇ ਦੀ ਫੋਰਜਿੰਗ ਦੀ ਜਿੰਨੀ ਇੰਡਸਟਰੀ ਹੈ, ਸਾਰੀ ਕੇਂਦਰ ਸਰਕਾਰ ਦੀਆਂ ਮਾੜੀਆਂ ਨੀਤੀਆਂ ਕਰਕੇ ਖਤਮ ਹੋਈ ਹੈ। ਮੈਂ ਇਹ ਮਸਲੇ ਲੈ ਕੇ ਜਾਣਾ ਚਾਹੁੰਦਾ ਉੱਥੇ, ਕਿਉਂ ਸਾਨੂੰ ਜਲੰਧਰ ਨੂੰ ਅੱਜ ਤੱਕ ਏਮਸ ਹੋਸਪਿਟਲ ਨਹੀਂ ਮਿਲਿਆ, ਜਿਹੜੀ ਕਿ ਹਮੇਸ਼ਾ ਦੀ ਡਿਮਾਂਡ ਹੈ। 10 ਸਾਲਾਂ ਦੇ ਵਿੱਚ ਮੁੱਖ ਮੰਤਰੀ ਪ੍ਰਧਾਨ ਮੰਤਰੀ ਜੀ ਨੇ ਕਿਉਂ ਇਹਦੇ ਬਾਰੇ ਨਹੀਂ ਸੋਚਿਆ? ਕਿਉਂ ਇੱਥੇ ਕੋਈ ਸਿਵਲ ਦੀ ਯੂਨੀਵਰਸਿਟੀ ਕੇਂਦਰ ਸਰਕਾਰ ਵੱਲੋਂ ਨਹੀਂ ਦਿੱਤੀ ਜਾਂਦੀ? ਮੈਂ ਇਹ ਬੇਨਤੀਆਂ ਕਰਦਾ ਕਿ ਮੁੱਖ ਮੰਤਰੀ ਜੀ 10 ਸਾਲਾਂ ਦਾ ਆਪਣਾ ਰਿਪੋਰਟ ਕਾਰਡ ਵੀ ਜ਼ਰੂਰ ਪੇਸ਼ ਕਰਕੇ ਜਾਣ। ਤੁਹਾਡਾ ਸਾਰਿਆਂ ਪਾਰ ਹੀ ਹੋਣਾ ਹੈ, 400 ਤੱਕ ਅਲਾਇੰਸ ਰਹੇਗਾ, 400 ਤੱਕ ਅਲਾਇੰਸ ਦੀਆਂ ਰਹਿਣਗੀਆਂ, ਪਾਰ ਵਾਲੀਆਂ ਉਹਨਾਂ ਦੀਆਂ ਹੋਣਗੀਆਂ। ਸਰ ਇੰਪਲੋਈਜ਼, ਸਰ ਇੰਪਲੋਈਜ਼ ਵੱਲੋਂ ਕਿਹਾ ਜਾਂਦਾ ਜਦੋਂ ਵੀ ਸਰਕਾਰ ਨਾਲ ਗੱਲ ਆਉਂਦੀ ਉਹ ਕਹਿੰਦੇ ਕਿ ਇਸ ਕੇਂਦਰ ਵੱਲੋਂ ਸਾਨੂੰ ਫੰਡ ਰਹੂਗੀ, ਤੇ ਇਹ ਆਸ਼ਵਾਸਨ ਇਹ ਕਿਹਾ ਜਾਂਦਾ, ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਜਿਹੜੀ ਸਰਕਾਰ ਆਪਣਾ ਕੋਆਰਡੀਨੇਸ਼ਨ ਬਣਾ ਕੇ ਨਹੀਂ ਚੱਲ ਸਕਦੀ, ਜਿਹੜੇ ਮੁੱਖ ਮੰਤਰੀ 'ਚ ਇੰਨੀ ਲਿਆਕਤ ਨਹੀਂ ਹੈ ਕਿ ਉਹ ਫੰਡਾਂ ਨੂੰ ਕਢਾ ਸਕੇ, ਉਹਨਾਂ ਨੂੰ ਮੁੱਖ ਮੰਤਰੀ ਬਣ ਕੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ। ਚਾਰ ਸੌ ਪਾਰ ਹੀ ਹੋਣਾ ਹੈ, 400 ਤੱਕ ਅਲਾਇੰਸ ਰਹੇਗਾ, 400 ਤੱਕ ਅਲਾਇੰਸ ਦੀਆਂ ਰਹਿਣਗੀਆਂ, ਪਾਰ ਵਾਲੀਆਂ ਉਹਨਾਂ ਦੀਆਂ। ਸਰ ਇੰਪਲੋਈਜ਼, ਸਰ ਇੰਪਲੋਈਜ਼ ਵੱਲੋਂ ਕਿਹਾ ਜਾਂਦਾ ਜਦੋਂ ਵੀ ਸਰਕਾਰ ਨਾਲ ਗੱਲ ਆਉਂਦੀ ਉਹ ਕਹਿੰਦੇ ਕਿ ਇਸ ਕੇਂਦਰ ਵੱਲੋਂ ਸਾਨੂੰ ਫੰਡ ਰਹੂਗੀ, ਤੇ ਇਹ ਆਸ਼ਵਾਸਨ ਇਹ ਕਿਹਾ ਜਾਂਦਾ, ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਜਿਹੜੀ ਸਰਕਾਰ ਆਪਣਾ ਕੋਆਰਡੀਨੇਸ਼ਨ ਬਣਾ ਕੇ ਨਹੀਂ ਚੱਲ ਸਕਦੀ, ਜਿਹੜੇ ਮੁੱਖ ਮੰਤਰੀ 'ਚ ਇੰਨੀ ਲਿਆਕਤ ਨਹੀਂ ਹੈ ਕਿ ਉਹ ਫੰਡਾਂ ਨੂੰ ਕਢਾ ਸਕੇ, ਉਹਨਾਂ ਨੂੰ ਮੁੱਖ ਮੰਤਰੀ ਬਣ ਕੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ। ਸਰ ਅਮਿਤ ਸ਼ਾਹ ਨੇ ਅਰਵਿੰਦ ਕੇਜਰੀਵਾਲ ਕੋ ਲੇਕਰ ਕਿਹਾ ਕਿ ਅਭੀ ਤੱਕ ਸਿਰਫ ਇੱਕ ਘੁਟਾਲਾ ਸਾਹਮਣੇ ਆਇਆ ਹੈ, ਅਭੀ 7 ਘੁਟਾਲੇ ਔਰ ਆਨੇ ਬਾਕੀ ਹੈ। ਅਮਿਤ ਸ਼ਾਹ ਨੇ ਕਿਹਾ ਹੈ, ਕਹਿੰਦੇ ਸ਼ਰਾਬ ਨੀਤੀ ਦੇ ਤਹਿਤ ਅਭੀ ਤੱਕ ਕੇਜਰੀਵਾਲ। ਮੈਂ ਵੀ ਚਾਹੁੰਦਾ ਹਾਂ
ਕਿ ਜਿਸ ਤਰੀਕੇ ਦੇ ਨਾਲ ਪੰਜਾਬ ਨੂੰ ਲੁੱਟਿਆ ਗਿਆ ਹੈ, ਸ਼ਰਾਬ ਘੁਟਾਲੇ ਦੇ ਵਿੱਚ ਹਜ਼ਾਰਾਂ ਕਰੋੜ ਦਾ ਪੰਜਾਬ ਦਾ ਕਪੜਾ ਹੈ, ਹੋਰ ਵੀ ਬਹੁਤ ਹੈ, ਇਹ ਕਿਰਪਾ ਕਰਕੇ ਉਜਾਗਰ ਕੀਤੇ ਜਾਣ, ਇਹ ਉਜਾਗਰ ਕੀਤੇ ਜਾਣੇ ਚਾਹੀਦੇ ਹੈ। ਸਰ ਕਿਸਾਨਾਂ ਦੇ ਹੱਕ ਦੀ ਗੱਲ ਕਰੋਗੇ? ਕਿਸਾਨਾਂ ਬਾਰੇ ਕੋਈ ਦੱਸੋ ਜੀ, ਕਿਸਾਨਾਂ ਦੇ ਬਾਰੇ। ਕਿਸਾਨਾਂ ਦਾ ਜਦੋਂ ਮੈਂ ਮੁੱਖ ਮੰਤਰੀ ਸੀ ਪਹਿਲਾਂ, ਮੈਂ ਦੱਸਦਾ ਤਾਂ ਕਿਸਾਨਾਂ ਨੂੰ ਮੁਆਵਜ਼ਾ 8,000 ਮਿਲਦਾ ਸੀ ਜੇ ਖਰਾਬਾ ਹੋ ਜਾਏ ਕਿਲੇ ਦਾ। ਕੈਪਟਨ ਸਾਹਿਬ ਆਏ, ਉਹਨਾਂ ਨੇ 12,000 ਕਰਤਾ। ਇਹ ਚਰਨਜੀਤ ਸਿੰਘ ਚੰਨੀ ਹੈ ਮੁੱਖ ਮੰਤਰੀ ਜੀ ਨੇ ਮੁਆਵਜ਼ਾ 17,000 ਜਦ ਨਰਮਾ ਮਰਿਆ ਕਿਲੇ ਦਾ ਦਿੱਤਾ, ਅਤੇ ਉੱਪਰ 10% 1700 ਰੁਪਈਆ ਲੇਬਰ ਵਾਸਤੇ ਦਿੱਤਾ। ਇਹ ਪਹਿਲੀ ਵਾਰ ਹੋਇਆ ਕਿ 18,700 ਮੁਆਵਜ਼ਾ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਹੁੰਦੇ ਹੋਏ ਮਿਲਿਆ ਕਿਸਾਨਾਂ ਨੂੰ। ਕਿਸਾਨ ਮੇਰੇ ਪਾਸ ਐਜ਼ ਮੁੱਖ ਮੰਤਰੀ, ਜਦੋਂ ਮੈਂ ਮੁੱਖ ਮੰਤਰੀ ਸੀ ਆਏ, ਉਹਨਾਂ ਦੀ ਕੋਈ ਡਿਮਾਂਡ ਮੈਂ ਭੁੰਜੇ ਨਹੀਂ ਗਿਣ ਦਿੱਤੀ, ਜੋ ਉਹਨਾਂ ਨੇ ਕਿਹਾ ਸਾਰੀਆਂ ਮੰਨੀਆਂ। ਇਸ ਤੋਂ ਇਲਾਵਾ ਮੇਰੇ ਹੁੰਦੇ ਕਿਸਾਨਾਂ ਦੇ ਉੱਪਰ ਡਾਂਗਾਂ ਨਹੀਂ ਮੈਂ ਚੱਲਣ ਦਿੱਤੀਆਂ, ਗੋਲੀਆਂ ਨਹੀਂ ਚੱਲਣ ਦਿੱਤੀਆਂ ਆਪਣੇ ਪਿੰਡੇ ਦੇ। ਇਸ ਗੱਲ ਦਾ ਮੈਂ ਸਿਹਾ ਕਿ ਜੀ ਜਿਹੜਾ ਬਾਅਦ ਦੇ ਵਿੱਚ ਮੈਨੂੰ ਨੁਕਸਾਨ ਕੀਤਾ ਗਿਆ, ਮੇਰੇ 'ਤੇ ਕੇਸ ਚਲਾਏ ਗਏ, ਲੇਕਿਨ ਜਦੋਂ ਪ੍ਰਧਾਨ ਮੰਤਰੀ ਜੀ ਇੱਥੇ ਆਏ ਸੀ, ਮੈਂ ਆਪਣੇ ਪੰਜਾਬੀਆਂ ਦੇ ਨਾਲ ਖੜਿਆ, ਮੈਂ ਆਪਣੇ ਕਿਸਾਨਾਂ ਦੇ ਨਾਲ ਖੜਿਆ। ਕਿਸਾਨਾਂ ਨੂੰ ਰਾਤ ਨੂੰ ਐਮੀਕੇਬਲੀ ਸਾਰੇ ਕਿਸਾਨ ਉੱਠ ਗਏ, ਮੈਨੂੰ ਇਹ ਹਦਾਇਤਾਂ ਆ ਰਹੀਆਂ ਸੀ ਕਿ ਮੈਂ ਉਹਨਾਂ 'ਤੇ ਸਖ਼ਤੀ ਕਰਾਂ, ਮੈਂ ਸਖ਼ਤੀ ਨਹੀਂ ਕੀਤੀ। ਅਗਲੇ ਦਿਨ ਵੀ ਕੋਈ ਕੇਸ ਬਣਦਾ ਹੀ ਨਹੀਂ ਸੀ, ਇਸ ਕਰਕੇ ਮੈਂ ਕਿਸਾਨਾਂ 'ਤੇ ਝੂਠਾ ਪਰਚਾ ਨਹੀਂ ਕੀਤਾ। ਇਸ ਦਾ ਮੈਨੂੰ ਹਰਜਾ ਭਰਨਾ ਪਿਆ, ਮੈਂ ਉਸ ਵਿੱਚ ਵੀ ਖੁਸ਼ ਹੈ ਕਿ ਮੈਂ ਆਪਣੇ ਪੰਜਾਬੀਆਂ ਦੇ ਔਰ ਕਿਸਾਨਾਂ ਦੇ ਨਾਲ ਖੜਿਆ। ਬਿੱਟੂ ਜੀ ਇਹੀ ਅਕਸਰ ਕਹਿੰਦੇ ਆ ਕਿ ਉਹਨਾਂ ਨੇ ਬਹੁਤ ਕੁਛ ਦੇ ਕੇ ਜਾਣਾ ਸੀ ਪੰਜਾਬ ਨੂੰ, ਤੇ ਇਸੀ ਗੱਲ 'ਤੇ ਉਹ ਦੇ ਨਹੀਂ ਸਕੇ। ਮੈਂ ਬਿੱਟੂ ਜੀ 'ਤੇ ਪੁੱਛਣਾ ਚਾਹੁੰਦਾ ਕਿ ਬਾਅਦ ਵਿੱਚ ਪ੍ਰਧਾਨ ਮੰਤਰੀ ਜੀ ਦੇ ਪਹਿਲੀ ਸਿਆਹੀ ਮੁੱਕ ਗਈ, ਬਾਅਦ ਵਿੱਚ ਨਹੀਂ ਸੀ ਦੇ ਸਕਦੇ? ਦੋ ਸਾਲ ਹੋ ਗਏ, ਕਈ ਵਾਰ ਆ ਲਏ, ਉਸ ਤੋਂ ਬਾਅਦ ਵੀ ਅੱਜ ਤੱਕ ਨਹੀਂ ਦਿੱਤਾ। ਕੱਲ੍ਹ ਨੂੰ ਜੇ ਇੱਥੇ ਆ ਕੇ ਕੋਈ ਪ੍ਰੋਮਿਸ ਕਰਦੇ, ਉਹਨਾਂ ਦੀ ਕੋਈ ਕੀਮਤ ਨਹੀਂ। ਜਿਹੜੀ ਪਾਰਟੀ ਨੇ 10 ਸਾਲ ਪੰਜਾਬ ਦਾ ਕੁਛ ਨਹੀਂ ਕੀਤਾ, ਉਹ ਅੱਗੇ ਨੂੰ ਵੀ ਕਰਨ ਨਹੀਂ ਕਰ ਸਕਦੇ। ਇਸ ਕਰਕੇ ਇਹਨਾਂ ਦੇ ਝੂਠੀਆਂ ਕਿਸੇ ਗੱਲਾਂ 'ਚ ਆਉਣ ਦੀ ਲੋੜ ਕੋਹਲੀ ਜੀ ਨੇ ਕੱਲ ਕਿਹਾ ਕਿ ਜੇ ਤੁਸੀਂ ਉਸ ਵੇਲੇ ਜਦੋਂ ਪੀਐਮ ਸਿਕਿਉਰਿਟੀ ਵਾਲਾ ਮੈਟਰ ਦੀ ਗੱਲ ਕਰ ਰਹੀ ਆ, ਤੇ ਉਸ ਵੇਲੇ ਕਿਤੇ ਜੇ ਤੁਸੀਂ ਇੰਟਰਵੀਨ ਨਾ ਕੀਤਾ ਹੁੰਦਾ ਤੇ ਕਿਸਾਨਾਂ ਦੇ ਲਾਠੀਆਂ ਵੀ ਚੱਲ ਜਾਣੀਆਂ ਸੀ ਤੇ ਗੋਲੀਆਂ ਵੀ ਚੱਲ ਜਾਣੀਆਂ ਸੀ। ਕੋਟਲੀ ਸਾਹਿਬ ਨੇ ਕਿਹਾ ਮੈਂ ਇੰਟਰਵੀਨ ਨਾ ਕਰਦਾ ਤਾਂ ਜ਼ਰੂਰ ਲਾਠੀਆਂ ਚੱਲ ਜਾਣੀਆਂ ਸੀ, ਗੋਲੀਆਂ ਚੱਲ ਜਾਣੀਆਂ ਸੀ। ਮੈਂ ਆਪਣੀ ਜ਼ਿੰਮੇਵਾਰੀ ਪਰ ਕਿਸਾਨਾਂ ਨੂੰ ਪਿਆਰ ਦੇ ਨਾਲ ਉਠਾਇਆ, ਕੋਈ ਗੋਲੀਆਂ ਨਹੀਂ ਚਲਾਈਆਂ, ਕੋਈ ਲਾਠੀਆਂ ਨਹੀਂ ਚੱਲੀਆਂ। ਅਤੇ ਅੱਗੇ ਨੂੰ ਵੀ ਕਦੇ ਕਿਸਾਨਾਂ ਪਰ ਇਸ ਤਰ੍ਹਾਂ ਨਹੀਂ ਹੋਏਗਾ ਕਾਂਗਰਸ ਦੇ ਟਾਈਮ 'ਚ ਕਿ ਜੀ ਹਰਿਆਣੇ 'ਚੋਂ ਗੋਲੀਆਂ ਚੱਲਣ ਤੇ ਸਾਡਾ ਮੁੱਖ ਮੰਤਰੀ ਉਹਨਾਂ ਪਰ ਪਰਚਾ ਵੀ ਨਾ ਕਰੇ, ਅੱਜ ਤੱਕ ਉਹਨਾਂ ਪਰ ਕਾਰਵਾਈ ਵੀ ਨਾ ਕਰੇ। ਸਰਦਾਰ ਬਰਕੌਰ ਸਿੰਘ ਜੀ ਤੁਹਾਡੇ ਨਾਲ ਕੰਪੇਨਿੰਗ ਜਾਣਗੇ, ਕਿਹੜੇ ਮੁੱਦੇ ਲੈ ਕੇ ਜਾਣਗੇ? ਕਿਉਂਕਿ ਜਿੰਮੇਵਾਰੀ ਵੀ ਲਿੱਤੀ, ਕਹਿੰਦੇ ਗੋਲੀਆਂ ਚੱਲੀ ਚਾਹੇ ਮੈਂ ਨੀ ਚਲਾਈ ਪਰ ਮੈਂ ਇਸ ਚੀਜ਼ ਜਿੰਮੇਵਾਰੀ ਲੈਣਾ। ਇਹ ਬੀਜੇਪੀ ਵਾਲੇ ਸਾਡੇ ਇਕੱਲੇ ਕਿਸਾਨ ਨੂੰ ਨਹੀਂ ਮਾਰਨਾ ਚਾਹੁੰਦੇ, ਇਹ ਕਿਸਾਨੀ ਨੂੰ ਮਾਰ ਕੇ, ਇਹਨਾਂ ਨੂੰ ਪਤਾ ਪੰਜਾਬ ਦੀ ਅਰਥ ਵਿਵਸਥਾ ਕਿਸਾਨੀ 'ਤੇ ਘੁੰਮਦੀ ਹੈ, ਇਹ ਪੰਜਾਬ ਨੂੰ ਮਾਰਨਾ ਚਾਹੁੰਦੇ। ਠੀਕ, ਧੰਨਵਾਦ, ਥੈਂਕ ਯੂ ਸਰ।